ਕਿਹਾ ਜਾਂਦਾ ਹੈ ਕਿ ਕ੍ਰਿਕਟ ਭਾਰਤੀ ਖੇਡ ਹੈ ਜਿਸ ਦੀ ਕਾਢ ਅਣਜਾਣੇ ਵਿੱਚ ਅੰਗਰੇਜ਼ਾਂ ਨੇ ਕੀਤੀ। ਇਹ ਇੱਕ ਇਤਿਹਾਸਕ ਦੁਚਿੱਤੀ ਹੈ। ਜਿਸ ਖੇਡ ਨੂੰ ਬਰਤਾਨਵੀ ਰਾਜ ਵੇਲੇ ਦੇ ਭਾਰਤੀ ਅਮੀਰਾਂ ਨੇ ਸੰਭਾਲਿਆ, ਉਹ ਅੱਜ ਪੂਰੇ ਭਾਰਤ ਦਾ ਨੈਸ਼ਨਲ ਜਨੂੰਨ ਬਣ ਗਿਆ। ਭਾਰਤ ਦੇ ਲੋਕਾਂ ਲਈ ਉਹਨਾਂ ਦੀ ਕ੍ਰਿਕਟ ਟੀਮ ਹੀ ਉਹਨਾਂ ਦਾ ਦੇਸ਼ ਹੈ। ਉਹ ਟੀਮ ਇੰਡੀਆ ਨੂੰ ਕੌਮੀ ਏਕਤਾ ਦੇ ਪ੍ਰਤੀਕ ਵਜੋਂ ਦੇਖਦੇ ਨੇ ਅਤੇ ਉਸ ਦੇ ਖਿਡਾਰੀਆਂ ਵਿੱਚ ਦੇਸ਼ ਦੀ ਵਿਭਿੰਨਤਾ ਦੀ ਝਲਕ ਮਹਿਸੂਸ ਕਰਦੇ ਨੇ। 2011 ਵਿੱਚ ਸਾਬਕਾ ਕ੍ਰਿਕਟ ਖਿਡਾਰੀ ਰਾਹੁਲ ਦ੍ਰਵਿੜ ਨੇ ਕਿਹਾ ਸੀ, ਇਸ ਪਿਛਲੇ ਦਹਾਕੇ ਵਿੱਚ ਭਾਰਤੀ ਟੀਮ ਨੇ ਵੱਖ-ਵੱਖ ਸੱਭਿਆਚਾਰਾਂ, ਵੱਖ-ਵੱਖ ਭਾਸ਼ਾਵਾਂ ਬੋਲਣ ਵਾਲਿਆਂ, ਵੱਖ-ਵੱਖ ਧਰਮਾਂ ਨੂੰ ਮੰਨਣ ਵਾਲਿਆਂ, ਵੱਖ-ਵੱਖ ਵਰਗਾਂ ਤੋਂ ਆਉਣ ਵਾਲੇ ਲੋਕਾਂ ਨੇ ਸਾਡੇ ਦੇਸ਼ ਦੀ ਨੁਮਾਇੰਦਗੀ ਕੀਤੀ ਹੈ। ਅਜਿਹਾ ਪਹਿਲੀ ਵਾਰ ਹੋਇਆ। ਪਰ ਕ੍ਰਿਕਟ ਅਤੇ ਦੇਸ਼ ਵਿਚਾਲੇ ਇਹ ਸੰਬੰਧ ਨਾ ਤਾਂ ਸੁਭਾਵਕ ਹੈ ਅਤੇ ਨਾ ਹੀ ਜ਼ਰੂਰੀ ਹੈ। 12 ਸਾਲ ਦੀਆਂ ਕੋਸ਼ਿਸ਼ਾਂ ਅਤੇ 3 ਵਾਰ ਰੱਦ ਹੋਣ ਤੋਂ ਬਾਅਦ ਪਹਿਲੀ ਭਾਰਤੀ ਟੀਮ 1911 ਦੀ ਗਰਮੀਆਂ ਵਿੱਚ ਕ੍ਰਿਕਟ ਮੈਦਾਨ ਤੱਕ ਪਹੁੰਚੀ ਸੀ। ਆਮ ਧਾਰਨਾ ਤੋਂ ਵੱਖ, ਜਿਵੇਂ ਕਿ ਹਿੰਦੀ ਫਿਲਮ ਲਗਾਨ ਵਿੱਚ ਦਿਖਾਇਆ ਗਿਆ ਹੈ, ਕੌਮੀ ਟੀਮ ਅੰਗਰੇਜ਼ਾਂ ਦੇ ਖਿਲਾਫ ਨਹੀਂ ਬਲਕਿ ਉਹਨਾਂ ਵੱਲੋਂ ਬਣਾਈ ਗਈ ਸੀ। ਕ੍ਰਿਕਟ ਪਿੱਚ 'ਤੇ ਭਾਰਤ ਨੂੰ ਲਿਆਉਣ ਦਾ ਆਈਡੀਆ ਭਾਰਤੀ ਵਪਾਰੀਆਂ, ਰਾਜਸ਼ਾਹੀ ਅਮੀਰ ਵਰਗ, ਬਰਤਾਨਵੀ ਗਵਰਨਰਾਂ ਨਾਲ ਕੰਮ ਕਰਨ ਵਾਲਿਆਂ, ਸਰਕਾਰੀ ਮੁਲਾਜ਼ਮਾਂ, ਪੱਤਰਕਾਰਾਂ, ਸਿਪਾਹੀਆਂ ਅਤੇ ਪ੍ਰੋਫੈਸ਼ਨਲ ਕੋਚਾਂ ਨੇ ਮਿਲ ਕੇ ਹਕੀਕਤ ਬਣਾਇਆ। ਭਾਰਤੀ ਕ੍ਰਿਕਟ ਟੀਮ ਬਣਾਉਣ ਦੀ ਯੋਜਨਾ ਦਾ ਲੰਬਾ ਅਤੇ ਪੇਚੀਦਾ ਇਤਿਹਾਸ ਰਿਹਾ। ਇਸ ਨੂੰ ਲੈ ਕੇ ਪਹਿਲਾ ਵਿਚਾਰ 1898 ਵਿੱਚ ਉਸ ਵੇਲੇ ਆਇਆ ਜਦੋਂ ਭਾਰਤੀ ਰਾਜਕੁਮਾਰ ਕੁਮਾਰ ਸ਼੍ਰੀ ਰਣਜੀਤ ਸਿੰਘ ਜੀ ਜਾਂ ਰਣਜੀ ਨੇ ਆਪਣੀ ਸ਼ਾਨਦਾਰ ਬੱਲੇਬਾਜ਼ੀ ਨਾਲ ਬਰਤਾਨੀਆ ਅਤੇ ਪੂਰੀ ਦੁਨੀਆ ਨੂੰ ਹੈਰਾਨ ਕਰ ਦਿੱਤਾ ਸੀ। ਇਸ ਤੋਂ ਬਾਅਦ ਭਾਰਤੀ ਕ੍ਰਿਕਟ ਟੀਮ ਦੇ ਪ੍ਰਮੋਟਰਾਂ ਨੇ ਸੋਚਿਆ ਕਿ ਇੱਕ ਪੂਰੀ ਟੀਮ ਬਣਾਈ ਜਾਣੀ ਚਾਹੀਦੀ ਹੈ। ਕ੍ਰਿਕਟ ਤੋਂ ਮਿਲੀ ਮਸ਼ਹੂਰੀ ਨੂੰ ਰਣਜੀ ਨਵਾਂ ਨਗਰ ਦਾ ਰਾਜਾ ਬਣਨ ਲਈ ਇਸਤੇਮਾਲ ਕਰਨਾ ਚਾਹੁੰਦੇ ਸਨ। ਉਹ ਇਹ ਪ੍ਰੋਜੈਕਟ ਬਾਰੇ ਸੁਣ ਕੇ ਹੈਰਾਨ ਹੋ ਗਏ। ਉਹਨਾਂ ਨੂੰ ਲੱਗ ਰਿਹਾ ਸੀ ਕਿ ਇਸ ਨਾਲ ਉਹਨਾਂ ਦੀ ਕੌਮੀ ਪਛਾਣ, ਖਾਸਕਰ ਕ੍ਰਿਕਟ ਦੇ ਮੈਦਾਨ 'ਤੇ ਇੰਗਲੈਂਡ ਦੀ ਟੀਮ ਦੀ ਨੁਮਾਇੰਦਗੀ ਕਰਨ ਦੇ ਹੱਕ 'ਤੇ ਸਵਾਲ ਚੁੱਕੇ ਜਾ ਸਕਦੇ ਨੇ। ਅੰਗਰੇਜ਼ੀ ਹਕੂਮਤ ਵਿੱਚ ਵੀ ਕਈ ਲੋਕ, ਜਿਨ੍ਹਾਂ ਵਿੱਚ ਖਾਸ ਤੌਰ 'ਤੇ ਉਸ ਵੇਲੇ ਬੰਬੇ ਦੇ ਸਾਬਕਾ ਗਵਰਨਰ ਲਾਰਡ ਹੈਰਿਸ, ਜਿਨ੍ਹਾਂ ਨੇ ਕਦੀ ਵੀ ਰਣਜੀ ਦੀ ਕ੍ਰਿਕਟ ਦੀ ਕਾਮਯਾਬੀ ਨੂੰ ਸਵੀਕਾਰ ਨਹੀਂ ਕੀਤਾ ਅਤੇ ਉਹ ਹਮੇਸ਼ਾ ਉਹਨਾਂ ਨੂੰ ਪ੍ਰਵਾਸੀ ਪੰਛੀ ਕਹਿੰਦੇ ਰਹੇ। 4 ਸਾਲ ਬਾਅਦ ਇੱਕ ਹੋਰ ਕੋਸ਼ਿਸ਼ ਹੋਈ। ਭਾਰਤ ਵਿੱਚ ਯੂਰਪੀਆਂ ਨੇ ਤਾਕਤਵਰ ਸਥਾਨਕ ਰਈਸਾਂ ਨਾਲ ਮਿਲ ਕੇ ਭਾਰਤੀ ਟੀਮ ਬਣਾਉਣ ਦੀ ਸੋਚੀ, ਪਰ ਇਹ ਕੋਸ਼ਿਸ਼ ਫਿਰ ਤੋਂ ਨਾਕਾਮ ਹੋਈ। ਅਜਿਹਾ ਇਸ ਲਈ ਹੋਇਆ ਕਿਉਂਕਿ ਪ੍ਰਸਤਾਵਿਤ ਟੀਮ ਵਿੱਚ ਨੁਮਾਇੰਦਗੀ ਦੇ ਸਵਾਲ 'ਤੇ ਹਿੰਦੂਆਂ, ਮੁਸਲਮਾਨਾਂ ਅਤੇ ਪ੍ਰਵਾਸੀਆਂ ਵਿਚਾਲੇ ਮਤਭੇਦ ਹੋਇਆ। 1906 ਵਿੱਚ ਹੋਈ ਕੋਸ਼ਿਸ਼ ਵੀ ਪਹਿਲਾਂ ਵਾਂਗ ਹੀ ਨਾਕਾਮ ਰਹੀ। ਸਾਲ 1907 ਅਤੇ 1909 ਵਿਚਾਲੇ ਨੌਜਵਾਨ ਭਾਰਤੀਆਂ ਵਿੱਚ ਕ੍ਰਾਂਤੀਕਾਰੀ ਹਿੰਸਾ ਦੀ ਲਹਿਰ ਵੇਖੀ ਗਈ, ਜਿਨ੍ਹਾਂ ਨੇ ਬਰਤਾਨੀਆ ਦੇ ਅਧਿਕਾਰੀਆਂ ਅਤੇ ਉਹਨਾਂ ਸਥਾਨਕ ਸਹਿਯੋਗੀਆਂ ਨੂੰ ਨਿਸ਼ਾਨੇ 'ਤੇ ਲਿਆ। ਭਾਰਤ ਦੀ ਨੁਮਾਇੰਦਗੀ ਕਰਨ ਲਈ ਜਿਨ੍ਹਾਂ ਲੋਕਾਂ ਨੂੰ ਚੁਣਿਆ ਗਿਆ, ਉਹ ਬਹੁਤ ਹੀ ਵੱਖ-ਵੱਖ ਤਰ੍ਹਾਂ ਦੇ ਲੋਕ ਸਨ। ਟੀਮ ਦੇ ਕਪਤਾਨ ਸਨ 19 ਸਾਲ ਦੇ ਭੁਪਿੰਦਰ ਸਿੰਘ, ਜੋ ਪਟਿਆਲਾ ਤੋਂ ਸਨ। ਉਹ ਭਾਰਤ ਦੇ ਸਭ ਤੋਂ ਤਾਕਤਵਰ ਸਿੱਖ ਰਿਆਸਤ ਦੇ ਨਵੇਂ ਰਾਜਾ ਬਣੇ ਸਨ। ਬਾਕੀ ਦੀ ਟੀਮ ਨੂੰ ਧਰਮ ਦੇ ਆਧਾਰ 'ਤੇ ਚੁਣਿਆ ਗਿਆ ਸੀ। ਇਹਨਾਂ ਵਿੱਚ 6 ਪਾਰਸੀ, 5 ਹਿੰਦੂ ਅਤੇ 3 ਮੁਸਲਮਾਨ ਸਨ। ਇਸ ਪਹਿਲੀ ਭਾਰਤੀ ਕ੍ਰਿਕਟ ਟੀਮ ਵਿੱਚ ਸਭ ਤੋਂ ਖਾਸ ਗੱਲ ਇਹ ਸੀ ਕਿ 2 ਦਲਿਤ ਇਸ ਟੀਮ ਦਾ ਹਿੱਸਾ ਸਨ। ਪਾਲਵੰਕਰ ਭਾਈ ਬਾਲੂ ਅਤੇ ਸ਼ਿਵ ਰਾਮ ਬੰਬੇ ਤੋਂ ਸਨ। ਇਹ ਟੀਮ ਦਿਖਾਉਂਦੀ ਹੈ ਕਿ ਕਿਵੇਂ 20ਵੀਂ ਸਦੀ ਦੀ ਸ਼ੁਰੂਆਤ ਦੌਰਾਨ ਬਸਤੀਵਾਦੀ ਭਾਰਤ ਵਿੱਚ ਕ੍ਰਿਕਟ ਨੇ ਸੱਭਿਆਚਾਰਕ ਅਤੇ ਸਿਆਸੀ ਝਲਕ ਪੇਸ਼ ਕੀਤੀ। ਪਾਰਸੀਆਂ ਲਈ ਕ੍ਰਿਕਟ ਦਾ ਮੈਦਾਨ ਖਾਸ ਮਹੱਤਵ ਲੈ ਕੇ ਆਇਆ ਸੀ, ਉਹ ਵੀ ਅਜਿਹੇ ਵੇਲੇ ਜਦੋਂ ਉਹਨਾਂ ਦੇ ਭਾਈਚਾਰੇ ਦੇ ਪਤਨ ਨੂੰ ਲੈ ਕੇ ਚਿੰਤਾਵਾਂ ਵਧਣ ਲੱਗੀਆਂ ਸਨ। ਹਿੰਦੂਆਂ ਅਤੇ ਮੁਸਲਮਾਨਾਂ ਵਿੱਚ ਪਿੱਚ ਅਤੇ ਦੂਜੀਆਂ ਥਾਵਾਂ 'ਤੇ ਮੁਕਾਬਲਾ ਜ਼ਿਆਦਾ ਵੱਧ ਗਿਆ ਸੀ ਅਤੇ ਪਾਰਸੀ ਖੁਦ ਦੇ ਘਟਦੇ ਅਸਰ ਨੂੰ ਲੈ ਕੇ ਚਿੰਤਿਤ ਹੋ ਗਏ ਸਨ। ਖਾਸ ਤੌਰ 'ਤੇ ਇਹ ਖੇਡ ਭਾਰਤ ਵਿੱਚ ਸਭ ਤੋਂ ਅਹਿਮ ਕਦਮਾਂ ਵਿੱਚੋਂ ਇੱਕ ਸੀ। ਇਸ ਨਾਲ ਮੁਸਲਮਾਨਾਂ ਨੂੰ ਨਵੀਂ ਸਿਆਸੀ ਪਛਾਣ ਬਣਾਉਣ ਵਿੱਚ ਮਦਦ ਮਿਲੀ। ਪਹਿਲੀ ਭਾਰਤੀ ਟੀਮ ਵਿੱਚ 4 ਮੁਸਲਮਾਨ ਖਿਡਾਰੀ ਸਨ। ਇਹਨਾਂ ਵਿੱਚੋਂ 3 ਅਲੀਗੜ੍ਹ ਤੋਂ ਸਨ। ਉਸੇ ਅਲੀਗੜ੍ਹ ਵਿੱਚ ਸਮਾਜ ਸੁਧਾਰਕ ਸਰ ਸੈਯਦ ਅਹਿਮਦ ਖਾਨ ਨੇ ਆਪਣੇ ਭਾਈਚਾਰੇ ਵਿੱਚ ਪੱਛਮੀ ਸਿੱਖਿਆ ਨੂੰ ਵਧਾਵਾ ਦੇਣ ਲਈ ਮੰਨੇ ਪ੍ਰਮੰਨੇ ਸੰਸਥਾਨ ਮੁਹੰਮਡਨ ਐਂਗਲੋ ਓਰੀਐਂਟਲ ਕਾਲਜ ਦੀ ਸਥਾਪਨਾ ਕੀਤੀ ਸੀ।
ਕ੍ਰਿਕਟ ਉਹ ਪ੍ਰਿਜ਼ਮ ਵੀ ਬਣ ਗਿਆ ਸੀ ਜਿਸ ਕਾਰਨ ਹਿੰਦੂ ਸਮਾਜ ਨੂੰ ਜਾਤੀ ਵਿਵਸਥਾ ਦੇ ਮਾੜੇ ਅਸਰ ਬਾਰੇ ਵਿਚਾਰ ਕਰਨ ਬਾਰੇ ਮਜਬੂਰ ਹੋਣਾ ਪਿਆ। ਪਾਲਵੰਕਰ ਲਈ ਕ੍ਰਿਕਟ ਵਿਤਕਰੇ ਦੇ ਖਿਲਾਫ ਇਨਸਾਫ ਅਤੇ ਆਤਮ ਸਨਮਾਨ ਦਾ ਸੰਘਰਸ਼ ਬਣ ਗਿਆ। ਕ੍ਰਿਕਟ ਵਿੱਚ ਪੈਸਾ ਲਗਾਉਣ ਵਾਲੇ, ਇਸ ਦਾ ਪ੍ਰਬੰਧ ਕਰਨ ਵਾਲੇ ਅਤੇ ਸਾਮਰਾਜ ਦੇ ਪ੍ਰਤੀ ਵਫ਼ਾਦਾਰ ਲੋਕਾਂ ਲਈ ਕ੍ਰਿਕਟ ਭਾਰਤ ਦੀ ਸਕਾਰਾਤਮਕ ਅਕਸ਼ ਦਾ ਪ੍ਰਚਾਰ ਕਰਨ ਦਾ ਜ਼ਰੀਆ ਬਣਿਆ। ਇਸ ਨਾਲ ਉਹਨਾਂ ਨੇ ਬਰਤਾਨੀਆ ਨੂੰ ਇਹ ਭਰੋਸਾ ਦਿੱਤਾ ਕਿ ਦੇਸ਼ ਬਰਤਾਨਵੀ ਸਮਰਾਜ ਦਾ ਵਫ਼ਾਦਾਰ ਹਿੱਸਾ ਬਣ ਕੇ ਰਹੇਗਾ। ਪਹਿਲੀ ਆਲ ਇੰਡੀਆ ਕ੍ਰਿਕਟ ਟੀਮ ਦਾ ਗ੍ਰੇਟ ਬ੍ਰਿਟੇਨ ਅਤੇ ਉੱਤਰੀ ਆਇਰਲੈਂਡ ਦੇ ਦੌਰੇ ਦਾ ਮੁੱਖ ਮਕਸਦ ਇਹੀ ਸੀ। ਇਹ ਕੋਈ ਇਤਫਾਕ ਦੀ ਗੱਲ ਨਹੀਂ ਸੀ ਕਿ ਇਸੇ ਸਾਲ ਜਾਰਜ 5ਵੇਂ ਨੂੰ ਰਸਮੀ ਤੌਰ 'ਤੇ ਲੰਡਨ ਵਿੱਚ ਸਮਰਾਟ ਦਾ ਤਾਜ ਪਹਿਨਾਇਆ ਗਿਆ ਅਤੇ ਫਿਰ ਉਹ ਭਾਰਤ ਦੌਰੇ 'ਤੇ ਆਏ ਸਨ। ਅਜਿਹੇ ਵਕਤ ਵਿੱਚ ਇਹ ਭੁਲਾ ਦਿੱਤੇ ਗਏ ਇਤਿਹਾਸ ਨੂੰ ਯਾਦ ਰੱਖਣਾ ਜ਼ਰੂਰੀ ਹੈ ਜਦੋਂ ਉਪ ਮਹਾਂਦੀਪ ਵਿੱਚ ਕ੍ਰਿਕਟ ਨੂੰ ਅੱਤ ਰਾਸ਼ਟਰਵਾਦ ਨਾਲ ਜੋੜ ਦਿੱਤਾ ਗਿਆ।